ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅੱਜ ਅਸੀਂ ਸਲਾਊ ਦੇ ਵਿੱਚ ਹੈਗੇ, ਤੁਸੀਂ ਮੇਰੇ ਪਿੱਛੇ ਦੇਖਦੇ ਹੋ ਵੈਜੀ ਮਾਸਟਰ ਪੀਜ਼ਾ ਪਲੇਸ ਖੋਲ੍ਹੀ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਸਭ ਤੋਂ ਪਹਿਲੇ ਇਹ ਗੁਰਸਿੱਖ ਫੈਮਿਲੀ ਜਿਨ੍ਹਾਂ ਨੇ ਵੈਜੀ ਮਾਸਟਰ ਖੋਲ੍ਹਿਆ, ਪਿਓ ਵੈਜੀਟੇਬਲ ਪੀਜ਼ਾ ਬਣਾਉਣਗੇ। ਐਂਡ ਮੈਨੂੰ ਜਿੱਥੇ ਤੱਕ ਲੱਗਦਾ ਕਿ ਦਿਸ ਇਜ਼ ਓਨਲੀ ਵਨ ਇਨ ਸਲਾਊ ਕਿ ਜਿਹੜਾ ਪ੍ਰੋਪਰ ਪਿਓ ਤੁਹਾਨੂੰ ਪੀਜ਼ਾ ਮਿਲ ਸਕਦਾ ਹੈ। ਦੂਸਰੀ ਗੱਲ, ਤੁਸੀਂ ਦੇਖੋ ਆਪਣੀ ਹਮੇਸ਼ਾ ਮਾਨ ਮਰਿਆਦਾ ਦੇ ਨਾਲ ਗੁਰਸਿੱਖ ਫੈਮਿਲੀ ਹੋਣ ਕਰਕੇ ਉਹਨਾਂ ਨੇ ਰੱਬ ਦਾ ਆਸਰਾ ਲਿੱਤਾ ਅਤੇ ਉਹਨਾਂ ਦੀ ਬਲੈਸਿੰਗ ਲੈ ਕੇ ਉਹਨਾਂ ਨੇ ਅੰਦਰ ਕੀਰਤਨ ਵਗੈਰਾ ਰੱਖਿਆ ਹੋਗਾ। ਅਤੇ ਬੜਾ ਅੱਛਾ ਲੱਗਦਾ ਪਿਆ ਕਿ ਅਸੀਂ ਉਹ ਚੀਜ਼ ਭੁੱਲਦੇ ਨਹੀਂ ਹੈਗੇ। ਸਲਾਊ ਹਾਈ ਸਟਰੀਟ ਦੇ ਵਿੱਚ ਇਹਨਾਂ ਨੇ ਖੋਲ੍ਹਿਆ, ਐਕਚੁਲੀ ਇਨ ਸਲਾਊ ਹਾਈ ਸਟਰੀਟ ਬੜੀ ਅੱਛੀ ਪ੍ਰਾਈਮ ਪੋਜੀਸ਼ਨ ਹੈਗੀ ਹੈ। ਸਾਹਮਣੇ ਕਾਹ ਪਾ ਕੇ ਅੱਗੇ ਕਿਸੇ ਨੇ ਵੀ ਆਉਣਾ ਹੋਵੇ ਅਤੇ ਅੰਦਰ ਕੀਰਤਨ ਵਗੈਰਾ ਹੋ ਰਿਹਾ, ਅਸੀਂ ਤੁਹਾਨੂੰ ਦਿਖਾਵਾਂਗੇ, ਮੈਨੇਜਮੈਂਟ ਨਾਲ ਗੱਲ ਕਰਾਂਗੇ, ਬਾਕੀ ਜਿਹੜੇ ਹੋਰ ਗੈਸਟ ਬੁਲਾਏ ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਤੁਸੀਂ ਕਦੇ ਵੀ ਸਲਾਵਾਂ ਨਾ, ਪਲੀਜ਼ ਯੂ ਮਸਟ ਕਮ ਟੂ ਦੀ ਵੈਜੀ ਮਾਸਟਰ। ਨਵਾਂ ਖੁੱਲ੍ਹਿਆ ਆਪਣੇ ਗੁਰਸਿੱਖ ਫੈਮਿਲੀ ਦਾ ਵੈਜੀ ਮਾਸਟਰ, ਪਿਓਰ ਵੈਜੀਟੇਰੀਅਨ, ਐਂਡ ਆਮ ਸ਼ੋਰ ਤੁਸੀਂ ਆਓਗੇ ਅਤੇ ਬੜਾ ਇੰਜੋਏ ਕਰੋਗੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਦਰਸ਼ਕਾਂ ਨੂੰ ਇਹ ਦੇਖ ਕੇ ਤਾਂ ਸੁਣ ਕੇ ਵੀ ਬੇਹੱਦ ਖੁਸ਼ੀ ਹੋਵੇਗੀ ਕਿ ਸਲੋ ਦਾ ਸਭ ਤੋਂ ਪਹਿਲਾ ਜਿਹੜਾ ਪਿਓਰ ਵੈਜੀਟੇਰੀਅਨ ਪੀਜ਼ਾ ਰੈਸਟੋਰੈਂਟ ਅੱਜ ਖੁੱਲ੍ਹਣ ਜਾ ਰਿਹਾ ਆ। ਬਹੁਤ ਬਹੁਤ ਵਧਾਈਆਂ ਸਮੂਹ ਜਿੰਨੇ ਵੀ ਸਲੋ ਵਾਸੀ ਨੇ, ਅਤੇ ਮੈਂ ਵੀਰ ਜੀ ਅਤੇ ਭੈਣ ਜੀ ਹੋਣਾਂ ਨੂੰ ਵੀ ਕਰਕੇ ਦੇਖੋ, ਇਹਨਾਂ ਦੀ ਬਹੁਤ ਬਹੁਤ ਸੇਵਾ ਆ। ਸਰਦਾਰਨੀ ਇੰਦਰਮੋਹਨ ਕੌਰ ਜੀ ਹੋਣਾਂ ਦੀ ਵੀ ਬਹੁਤ ਬਹੁਤ ਸੇਵਾ ਆ। ਸਰਦਾਰ ਜਤਿੰਦਰ ਸਿੰਘ ਜੀ ਹੋਣੀ, ਇਹ ਜਿਵੇਂ ਮੇਹਰ ਸਾਹਿਬ ਜਾਣਦੇ ਨੇ, ਇਹ ਇੱਥੇ ਅਣਥੱਕ ਸੇਵਾ ਕਰਦੇ ਨੇ, ਚਾਹੇ ਉਹ ਵੈਕਸਮ ਜੋ ਪ੍ਰਾਇਮਰੀ ਸਕੂਲ ਹੈ ਉੱਥੇ ਵੀ ਜਦੋਂ ਵੀ ਅਲੱਗ ਅਲੱਗ ਸਮਾਗਮ ਹੁੰਦੇ ਨੇ ਉੱਥੇ ਵੀ ਇਹ ਕਥਾ ਦੇ ਨਾਲ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਨੇ। ਅਤੇ ਅੱਜ ਇਹ ਜੋ ਇਹਨਾਂ ਦਾ ਜਿਹੜਾ ਪਰਿਵਾਰਕ ਜੋ ਕਾਰੋਬਾਰਕ ਜਿਹੜੇ ਇਹ ਕਦਮ ਚੁੱਕਣ ਜਾ ਰਹੇ ਨੇ, ਜੋ ਵੈਜੀ ਮਾਸਟਰ ਦੀ ਇਹਨਾਂ ਦੇ ਜਿਹੜੀ ਫਰੈਂਚਾਈਜ਼ ਆ ਉਹ ਇੱਥੇ ਸਲੋ ਦੇ ਵਿੱਚ ਲੈ ਕੇ ਆਉਂਦੀ ਹੈ, ਮੈਂ ਸਮਝਦਾ ਕਿ ਇਸ ਦੇ ਨਾਲ ਜੋ ਸਲੋ ਅਤੇ ਆਸ ਪਾਸ ਦੇ ਇਲਾਕੇ ਦੇ ਵਿਅਕਤੀਆਂ ਨੂੰ, ਜਿਹੜੇ ਹੁਣ ਸਾਡੇ ਵਰਗੇ ਜਿਹੜੇ ਵੈਸ਼ਨੂ ਨੇ ਜੋ ਮੀਟ ਆਂਡਾ ਨਹੀਂ ਖਾਂਦੇ, ਸਾਡੇ ਲਈ ਤਾਂ ਇਹ ਬਹੁਤ ਬਹੁਤ ਲਾਭਦਾਇਕ ਹੋਵੇਗੀ। ਅਤੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਰਲ ਮਿਲ ਕੇ ਇਹਨਾਂ ਦੇ ਇਸ ਕਾਰਜ ਨੂੰ ਸਫਲ ਕਰੋਗੇ, ਇਹਨਾਂ ਨੂੰ ਜ਼ਰੂਰ ਹੌਸਲਾ ਅਫਜ਼ਾਈ ਦਿਓ ਤਾਂ ਕਿ ਇੱਥੇ ਆ ਕੇ ਤੁਸੀਂ ਜਿਹੜਾ ਆਪਣਾ ਪੀਜ਼ਾ ਆ, ਜਿਹੜਾ ਸ਼ੁੱਧ ਵੈਸ਼ਨੂ ਪਿਓਰ ਵੈਜੀਟੇਰੀਅਨ, ਤੁਸੀਂ ਆ ਕੇ ਇੱਥੇ ਖਾਣਾ ਛਕ ਸਕਦੇ ਹੋ। ਅਤੇ ਮੇਰੇ ਲਈ ਤਾਂ ਮੇਹਰ ਸਾਹਿਬ ਲਈ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਕਿ ਅਸੀਂ ਅੱਜ ਉਦਘਾਟਨ ਸਮਾਰੋਹ ਲਈ ਇੱਥੇ ਆਏ ਹੋਏ ਹਾਂ। ਤਾਂ ਮੈਨੂੰ ਆਸ ਆ ਕਿ ਸਾਨੂੰ ਅੱਜ ਫੀਤੇ ਕੱਟਣ ਦੇ ਨਾਲ ਨਾਲ ਪੀਜ਼ਾ ਛਕਣ ਦਾ ਵੀ ਮੌਕਾ ਮਿਲੇਗਾ, ਅਤੇ ਅਸੀਂ ਉਹਦੇ ਲਈ ਵੀ ਬੜੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ। ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਅਕਾਲ ਚੈਨਲ ਦੇ ਦਰਸ਼ਕਾਂ ਨੂੰ, ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਪਹੁੰਚ ਰਹੀ ਹੈ ਔਰ ਉਹ ਦੇਖ ਰਹੇ ਹਨ, ਉਹਨਾਂ ਨੂੰ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਅੱਜ ਸਲਾਹ ਦੇ ਵਿੱਚ ਜੋ ਆਪਣਾ ਹਾਈ ਸਟਰੀਟ ਦੇ ਇਸ ਐਂਡ 'ਤੇ ਜੋ ਕਿ ਬਹੁਤ ਹੀ ਬਿਜ਼ੀ ਇੱਕ ਏਰੀਆ ਹੈਗਾ, ਉਸ ਦੇ ਵਿੱਚ ਭਾਈ ਜਤਿੰਦਰ ਸਿੰਘ ਜੀ ਹੋਰਾਂ ਨੇ ਅਤੇ ਇਹਨਾਂ ਦੇ ਪਰਿਵਾਰ ਨੇ ਜੋ ਇੱਕ ਪਿਓਰ ਵੈਜੀਟੇਰੀਅਨ ਬੇਸਿਸ 'ਤੇ ਜੋ ਆਪਣਾ ਇਹ ਪੀਜ਼ੇ ਦੀ ਆਪਣਾ ਸ਼ੌਪ ਖੋਲ੍ਹ ਰਹੇ ਹਨ ਵੈਜੀ ਮਾਸਟਰਸ, ਇਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ। ਔਰ ਸਲੋਹ ਬਾਰ ਕੌਂਸਲ ਹਮੇਸ਼ਾ ਹੀ ਕਿ ਜਿਹੜੇ ਬਿਜ਼ਨਸਿਸ ਸਲੋਹ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਵੈਲਕਮ ਕਰਦੇ ਆ, ਕਿਉਂਕਿ ਜਦ ਵੀ ਬਿਜ਼ਨਸ ਕੋਈ ਨਵਾਂ ਸ਼ੁਰੂ ਹੁੰਦਾ ਹੈ ਉਸ ਦੇ ਨਾਲ ਲੋਕਲ ਇਕਾਨਮੀ ਨੂੰ ਬੂਸਟ ਮਿਲਦੀ ਹੈ, ਉਸ ਦੇ ਨਾਲ ਜੋਬਸ ਕ੍ਰੀਏਟ ਹੁੰਦੀਆਂ ਹਨ। ਸੋ ਇਹ ਭਾਈ ਜਤਿੰਦਰ ਸਿੰਘ ਜੀ ਹੋਰਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਅਤੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣਾ ਬਹੁਤ ਬਹੁਤ ਤਰੱਕੀਆਂ ਕਰਨਗੇ, ਵਾਹਿਗੁਰੂ ਇਹਨਾਂ ਨੂੰ ਬਲ ਬਖਸ਼ੇ ਔਰ ਇਹ ਆਪਣਾ ਸਾਡੀ ਜੋ ਲੋਕਲ ਕਮਿਊਨਿਟੀ ਆ ਉਸ ਦੀ ਸੇਵਾ ਕਰਨ, ਔਰ ਲੋਕ ਵੀ ਜੋ ਹੈਗੇ ਆ ਸਲੋਹ ਦੇ ਉਹ ਆ ਕੇ ਇੱਥੇ ਜੋ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਜੋ ਆਪਣਾ ਵੀਜ਼ਾ ਹੈਗਾ ਉਸਦਾ ਆਨੰਦ ਮਾਣਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਤੁਮ ਹੀ ਸਜਨ ਸੁਹੇਲੇ, ਤੁਮ ਹੀ ਸਜਨ ਸੁਹੇਲੇ। ਚਤਰ ਦਿਸ਼ਾ ਕਿਨੋ ਬਲ ਆਪਣਾ, ਸਿਰ ਉੱਪਰ
ਕਰਤਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਕਿਰਪਾ ਕਟਾਖ ਅਵਲੋਕਨ ਕੀਨੋ ਕਿਰਪਾ ਕਟਾਖ ਅਵਲੋਕਨ ਕੀਨੋ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਦਾਸ ਕਾ ਦੁੱਖ ਬਿਦਾਰਿਓ ਦਾਸ ਕਾ ਦੁੱਖ ਬਿਦਾਰਿਓ ਦਾਸ ਕਾ ਦੁੱਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਹਰ ਜਨ ਰਾਖੇ ਗੁਰ ਗੋਬਿੰਦ ਹਰ ਜਨ ਰਾਖੇ ਹਰ ਜਨ ਰਾਖੇ ਗੁਰ ਗੋਬਿੰਦ ਹਰ ਜਨ ਰਾਖੇ ਗੁਰ ਗੋਬਿੰਦ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੇ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ਿੰਦ ਦਿਆਲ ਪੁਰਖ ਬਖਸ਼ਿੰਦ ਕੰਠ ਲਾਏ ਅਵਗਣ ਸਭ ਮੇਟੇ ਦਿਆਲ ਪੁਰਖ ਬਖਸ਼ਿੰਦ ਕੰਠ ਲਾਏ ਅਵਗਣ ਸਭ ਮੇਟੇ ਦਿਆਲ ਪੁਰਖ ਬਖਸ਼ਿੰਦ ਦਿਆਲ ਪੁਰਖ ਬਖਸ਼ਿੰਦ ਦਿਆਲ ਪੁਰਖ ਬਖਸ਼ਿੰਦ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਸਿਰ ਉਪਰ ਕਰਤਾਰਿਓ ਸਿਰ ਉਪਰ ਜੋ ਮੰਗੈ ਸਤਿਗੁਰ ਆਪਣੇ ਤੇ ਜੋ ਮੰਗੈ ਸਤਿਗੁਰ ਆਪਣੇ ਤੇ ਜੋ ਮੰਗੈ ਸਤਿਗੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਏ
ਹੋਵੇ ਚਤੁਰ ਦਿਸ਼ਾ ਕਿਨੋ ਬਲ ਆਪਣਾ ਤੇਰੇ ਉੱਪਰ ਕਰ ਤਾਰਿਓ ਚਤੁਰ ਦਿਸ਼ਾ ਕਿਨੋ ਬਲ ਆਪਣਾ ਤੇਰੇ ਉੱਪਰ ਕਰ ਤਾਰਿਓ ਕਿਰਪਾ ਕਠਾਕ ਅਵਲੋਕਨ ਕੀਨੋ ਕਿਰਪਾ ਕਠਾਕ ਦਾਸ ਕਾ ਦੁੱਖ ਬਿਦਾਰਿਓ ਦਾਸ ਕਾ ਦੁੱਖ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ ਆਲ ਸੰਗਤ ਇਨ ਵੈਜੀ ਮਾਸਟਰ ਸਲਾਓ ਇਟਸ ਅ ਨਿਊ ਬ੍ਰਾਂਚ ਇੱਕ ਨਵੀਂ ਬ੍ਰਾਂਚ ਸਲਾਓ ਦੇ ਵਿੱਚ ਅਸੀਂ ਵੈਜੀ ਮਾਸਟਰ ਪਿਓਰ ਵੈਜੀਟੇਰੀਅਨ ਵੀਗਨ ਫੂਡ ਦੀ ਖੋਲ੍ਹਣ ਜਾ ਰਹੇ ਹਾਂ ਜੀ ਅੱਜ ਉਹਦੀ ਓਪਨਿੰਗ ਹੈ ਅਤੇ ਉਹਦੇ ਵਿੱਚ ਸਾਰੀ ਸੰਗਤ ਜਿਹੜੀ ਹੈ ਰਲ ਮਿਲ ਕੇ ਅਸੀਂ ਪਹਿਲਾਂ ਕੀਰਤਨ ਕਰ ਰਹੇ ਹਾਂ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰ ਰਹੇ ਹਾਂ ਤਾਂ ਕਿ ਅਸੀਂ ਰਲ ਮਿਲ ਕੇ ਸਾਰੀ ਸੰਗਤ ਦੇ ਨਾਲ ਸਹਿਯੋਗ ਦੇ ਨਾਲ ਇਸ ਸ਼ੋਪ ਨੂੰ ਸੰਗਤ ਵਿੱਚ ਲਿਆ ਸਕੀਏ ਅਤੇ ਨਾਲ ਦੀ ਨਾਲ ਅੱਜ ਸਾਡੇ ਕੋਲ ਸਲਾਓ ਦੇ ਮੇਅਰ ਵੀ ਆ ਰਹੇ ਨੇ ਅਤੇ ਮੈਂਬਰ ਆਫ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਜੀ ਵੀ ਆ ਰਹੇ ਨੇ ਓਪਨਿੰਗ ਕਰਨ ਦੇ ਲਈ ਸਾਰੀ ਸੰਗਤ ਜ਼ਰੂਰ ਸਲਾਓ ਦੇ ਇਸ ਨਵੇਂ ਵੈਨਿਊ ਦੇ ਵਿੱਚ ਆ ਕੇ ਸਾਨੂੰ ਦਰਸ਼ਨ ਦਿਓ ਜੀ ਹਾਂਜੀ ਅੱਜ ਜਿਹੜੀ ਓਪਨਿੰਗ ਹੋ ਰਹੀ ਹੈ ਜੀ ਵੈਜੀ ਮਾਸਟਰ ਦੀ ਸੋ ਇਸ ਦੇ ਵਿੱਚ ਅਸੀਂ ਸੰਗਤਾਂ ਨੂੰ ਅਪਰੋਚ ਕਰ ਰਹੇ ਹਾਂ ਕਿ ਜਿਹੜੀ ਸਲਾਓ ਦੇ ਵਿੱਚ ਪਹਿਲੀ ਵੈਜੀਟੇਰੀਅਨ ਸ਼ੋਪ ਖੁੱਲ੍ਹ ਰਹੀ ਹੈ ਫੁੱਲੀ 100% ਵੈਜੀਟੇਰੀਅਨ ਈਵਨ ਵੀ ਗੋਟ ਸਪੈਸ਼ਲਿਟੀ ਇਨ ਵੀਗਨ ਫੂਡ ਐਜ਼ ਵੈਲ ਵੀਗਨ ਫੂਡ ਦੀਆਂ ਵੀ ਕਾਫੀ ਵਰਾਇਟੀਜ਼ ਹੈਗੀਆਂ ਨੇ ਅਤੇ ਸਲਾਓ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਵੀ ਵੈਨਿਊ ਨਹੀਂ ਹੈਗਾ ਸੀ ਜਿੱਥੇ ਕਿ ਫੁੱਲੀ ਵੈਜੀਟੇਰੀਅਨ ਫੂਡ ਮਿਲਦਾ ਹੋਵੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਲਾਓ ਦੇ ਆਸੇ ਪਾਸੇ ਜਿੰਨੇ ਵੀ ਟਾਊਨ ਹੈਗੇ ਆ ਆਪ ਜੀ ਜ਼ਰੂਰ ਸਾਡੇ ਕੋਲ ਦਰਸ਼ਨ ਦਿਓ ਤੁਹਾਡੇ ਦਰਸ਼ਨ ਦੀ ਉਡੀਕ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਕੈ ਚਰਨ ਲਗੈ ਮੇਰੀ ਸਖੀ ਸਹੇਲੜੀਓ ਪ੍ਰਭ ਕੈ ਚਰਨ ਲਗੈ ਮੇਰੀ ਸਖੀ ਸਹੇਲੜੀਓ ਪ੍ਰਭ ਕੈ ਚਰਨ ਰੱਬ ਕੈ ਚਰਨ ਲਗੈ ਰੱਬ ਕੈ ਚਰਨ ਲਗੈ ਮਨ ਪ੍ਰਿਆ ਪ੍ਰੇਮ ਕਣਾ ਮਨ ਪ੍ਰਿਆ ਹਮ ਦੀਨ
ਕੌਮ ਦੀਨ ਮੂਰਖ ਅਵਿਚਾਰੀ ਹਮ ਦੀਨ ਹਮ ਦੀਨ ਮੂਰਖ ਅਵਿਚਾਰੀ ਹਮ ਦੀਨ ਤੁਮ ਚਿੰਤਾ ਕਰੋ ਸਦਾ ਸਦਾ ਤੂੰ ਰਖਵਾਲਾ
Saab, Wai Fateh. So yeah, in our kitchen, in all of our kitchens at Veggie Master, we have all our ingredients that are fresh made. They're all prepared in the kitchen fresh. So everything is done daily. It's not kept in the fridge or freezer. We do boast about that. The other thing that we boast about being Gursik is Sujjum. It's purity. We keep the kitchen 100% pure and cook in a pure kitchen as much as we can. Just coming over this way, so we've got Kiran, who's filling up a pizza at the moment. She's filling up a Punjabi special, which is a number 6 on the menu. It's a special pizza. It's got ginger in there, which it boasts for the Punjabi flavours who like the desiness in our pizza. So a lot of people like the ginger and the adrak, and that's the Punjabi special that boasts that flavour. It's got loads of chilli, loads of mirja, and loads of chilli, and loads of garlic in there as well. And that's one of our specialities. They do fly out like hotcakes. It's a big number that is on the menu that boasts quite of a demand, and a lot of Punjabis like the pizza. Also, just going back into the cooking side of things, we like to say also about the paneer especially, that's taken care of. So we only cook and we only cut and prepare enough veg on a daily basis, enough for it to turn around on a daily basis. So we try to keep our fridges at a minimum, so we don't want to carry that food next day. Because obviously with a paneer especially, it's it being a dairy product as well, it's quite of a special product that needs to be taken care of. We don't want to boast about it in the fridge too much. We don't want to have it in the fridge too long due to allergies or anything that could cause anyone so at harm. At Veggie Master, successfully opening the third branch, which is Slough, we are boasting our 100% egg-free and meat-free vegetarian menu. We have extended the menu going into the vegan market, offering vegan lines for our vegan consumers. So please, please do come in and have a look at that. Please do take advantage of the menu. It is 100% fresh, cooked in-house by our own Veggie Master, with our exclusive lines of our vegan lines, our soya lines with our tandoori chickens, and going out with the paneer lines as well, which is all cooked in-house fresh. There is free food flowing at the moment, free drinks flowing at the moment, so please do come in and take advantage of that. And we'll also love to see all of you and everyone to come and take advantage of our menu at either any of our branches, being Southall on Featherstone Road, Birmingham, which is in West Bromwich High Street, and thirdly Slough, which is in Slough High Street opposite the Job Centre. So please, please do come and visit us. We'll love to see you, and we'll love to take care of you, and we'll love to take your orders, which is in our custom-sized orders as you please, and we'll always endeavor to keep to take care of you guys, and we'll see you in the near future. Tusi huni dekhe apne MP for Slough, Mr. Tanban Desi, and Lord Mayor Slough de opening kiti hai Veggie Master di. Bahut important gal jida mayor saab ne vi dassya aur apne MP ne dassya. This is the only Veggie Master pizza in Slough de vich. Jadon vi tusi koi aao Slough, please make sure. This is on the high street, the other end of the high street, which is away from the high street actually. Bahut acha, pure vegetarian, meat-free and egg-free vegetable. The pizza only one in Slough de vich. Bada achi jagah hai ki nawa kholya ne assi unhon ne mubarakbad dinne hai sare Akaal Channel te Akaal Channel de viewers walon. Ameed rakhda ki tusi itthe pahunch ke unhon ne support karoge. Apne Gursikh family hage jinhon ne pizza hut kholya unhon ne. ਬਹੁਤ ਪਾਪੂਲਰ ਹੋਏਗਾ, ਹੋਪਫੁਲੀ ਸਾਡੀ ਉਮੀਦ ਇਹ ਰਹੇਗੀ ਕਿ ਇਸੇ ਤਰ੍ਹਾਂ ਦਾ ਬਿਜ਼ਨਸ ਕਾਮਯਾਬ ਹੋਵੇ ਅਤੇ ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਕਰਨ।